ਸਾਡਾ ਮਾਣੇ ਜਲੋ ਮਤਾਣਾ ਹੋ ਗਿਆ। ਹੁਣ ਦਨਾਵੀ ਵੇਖੋ, ਇੱਕ ਬੰਦਾ ਸਲਿੱਪ ਕਰ ਜਾਂਦਾ, ਲਗਾ ਲਗਾ ਜਾਂਦਾ, ਉਹਦੇ ਕਿਸੇ ਨਾ ਕਿਸੇ ਬਾਡੀ ਦੇ ਅੰਗ 'ਤੇ ਸੱਟ ਲੱਗ ਜਾਂਦੀ, ਕਿ ਪੈਰ ਸਲਿੱਪ ਹੁੰਦਾ ਹੈ, ਅਤੇ ਜੇ ਖਿਆਲ ਹੀ ਸਲਿੱਪ ਹੋ ਗਿਆ ਤਾਂ ਤੁਹਾਡਾ ਕੀ ਆਵਾਜ਼ ਆਉਣੀ, ਤੁਸੀਂ ਤਾਂ ਤੁਆਈ ਲੈ ਆਓ। ਇਸ ਲਈ ਬੰਦੇ ਦਾ ਖਿਆਲ ਸਲਿੱਪ ਹੋਇਆ ਹੈ, ਇਹਦੇ 'ਤੇ ਕੋਈ ਕੰਟਰੋਲ ਨਹੀਂ। ਜੇ ਸਾਹਮਣੇ ਧੀ ਭੈਣ ਆਈ ਦੋਨੂੰ ਵੀ ਕੋਈ ਗੱਲ ਨਹੀਂ, ਜੇ ਪੈਸਾ ਆਇਆ ਦੋਨੂੰ ਵੀ ਕੋਈ ਗੱਲ ਨਹੀਂ, ਜੇ ਆਪਦੀ ਤਾਕਤ ਵਾਸਤੇ ਕਾਨੂੰਨ ਤੋੜਨਾ ਪੈਣਾ ਤਾਂ ਉਹ ਵੀ ਕੋਈ ਗੱਲ ਨਹੀਂ। ਇਹ ਕੀ ਚੀਜ਼ ਹੈ? ਅੱਜ ਸਾਰੇ ਇੱਕ ਧੁਨੀ ਲਾਈ ਬੈਠੇ ਨੇ, ਅੱਤਵਾਦ ਅੱਤਵਾਦ। ਉਹ ਬਾਬਾ, ਇੱਕ ਇੱਕ ਘਰ ਬੰਦਾ ਅੱਤਵਾਦੀ ਹੋ ਚੁੱਕਾ, ਕੀ ਕਰੋ? ਕਰਪਸ਼ਨ ਕਰਨਾ ਕਿਹੜਾ ਚੰਗਾ ਹੈ? ਕੰਟਰੋਲ ਕਰੋ। ਕਿਸੇ ਦਾ ਹੱਕ ਮਾਰਨਾ ਕਿਹੜਾ ਚੰਗਾ? ਕੰਟਰੋਲ ਕਰੋ। ਕ੍ਰਾਈਮ ਕਰਨਾ ਕਿਹੜਾ ਚੰਗਾ? ਕੰਟਰੋਲ ਕਰੋ। ਇਹ ਨਹੀਂ ਕਿ ਘੋੜੇ 'ਤੇ ਚੜ੍ਹ ਜਾਓ ਇੱਕ ਤੇ ਇੱਕ ਬੰਦਾ ਤਾਂ ਚੜ੍ਹ ਕੇ ਡਿੱਗਾ ਹੀ ਹੋਇਆ, ਅਤੇ ਹੁਣ ਸਾਰੇ ਉਸੇ ਘੋੜੇ 'ਤੇ ਚੜ੍ਹ ਬੈਠੇ ਨੇ, ਉਹ ਤਾਂ ਸਲਿੱਪ ਹੋ ਗਿਆ ਕਿ ਬੰਦਾ ਡਿੱਗ ਕੇ। ਕੋਈ ਬੰਦਾ ਮਾੜਾ ਕਰਮ ਕਰਦਾ ਇੱਕ, ਜੋ ਸਲਿੱਪ ਹੋ ਗਿਆ, ਉਹ ਅਨਕੰਟਰੋਲ ਹੋ ਗਿਆ, ਉਹ ਆਪਦਾ ਨਿਸ਼ਕਾਨ ਕਰ ਬੈਠਾ। ਦੂਜੇ ਇੱਕਦਮ ਬਹਿ ਕੇ ਸੋਚੋ ਕਿ ਅਸੀਂ ਕਿਵੇਂ ਕੰਟਰੋਲ ਕਰੀਏ, ਅਸੀਂ ਵੀ ਕਰ ਸਕਦੇ। ਇਹਨੇ ਇੰਨਾ ਨਿਸ਼ਕਾਨ ਕਰਤਾ, 11 ਬੰਦੇ ਮਰ ਗਏ ਥੱਲੇ ਬੰਬ ਮਾਰਿਆ, ਹੁਣ ਅਸੀਂ ਕਿਵੇਂ ਕੰਟਰੋਲ ਕਰੀਏ ਕਿ ਅਸੀਂ ਬੰਬ ਨਾ ਮਾਰੀਏ? ਇਹ ਤਾਂ ਬਹਿ ਕੇ ਸੋਚਣ ਵਾਲੀ ਗੱਲ ਹੈ ਨਾ। ਘਰ ਬੰਦ ਜਿਵੇਂ ਘਰ 'ਚ ਫੈਮਿਲੀ 'ਚ ਬੱਚਾ ਖਰਾਬ ਪੈਦਾ ਹੋ ਜਾਂਦਾ, ਉਹਨੂੰ ਇਹ ਥੋੜ੍ਹਾ ਸ਼ੂਟ ਕਰੋ, ਪੂਰਾ ਸਮਝਾਓ ਬੱਚੇ ਨੂੰ, ਸ਼ੈਤ ਆਖ ਹੀ ਲੱਗ ਜਾਏ ਕਿਤੇ। ਇਹ ਹੁਣ ਪੂਰੀ ਦੌੜ ਲੱਗੀ ਹੋਈ ਹੈ ਕਿ ਫਲਾਣਾ ਮਾੜਾ ਫਲਾਣਾ, ਅਤੇ 100 ਕਰੋੜ ਆਪਦੇ ਅੰਦਰ ਵੜੇ ਹੋਏ ਨੇ, ਜਿਹੜੇ ਕਰੋੜ 'ਤੇ ਹਰ ਬੰਦਾ ਮੀਟਿੰਗਾਂ ਕਰੀ ਜਾਂਦਾ ਬੈਠਾ। ਕਿਹੜੀ ਚੀਜ਼ ਫੜ ਲਓ ਜੀ, ਤੈਨੂੰ ਕਿਉਂ ਨਾ ਫੜਿਆ ਜਾਏ? ਤੂੰ ਕਿਉਂ ਜਜ਼ਬਾਤੀ ਗੱਲਾਂ ਕਰ ਰਿਹਾ? ਹੁਣ ਜਿਵੇਂ ਮਹਾਰਾਜ ਨੇ ਕਿਹਾ ਹੈ ਕਿ ਰਾਜਾ ਕੌਣ ਹੈ? ਰਾਜਾ ਚੁਲੀ ਨਿਆਂ ਦੀ। ਇਹਦਾ ਰਾਜਾ ਇਹ ਨਹੀਂ ਕਦੀ ਮੰਦਰ 'ਚ ਜਾ ਵੜੇ ਅਤੇ ਕਦੀ ਗੁਰਦੁਆਰੇ ਜਾ ਵੜੇ ਅਤੇ ਕਦੀ ਸੂਰਜ ਨੂੰ ਚੁਲੀਆਂ ਦੇਣ ਲੱਗ ਪਏ। ਮਹਾਰਾਜ ਆਉਂਦੇ ਨੇ ਨਿਆਂ ਕਰ ਤਖ਼ਤ 'ਤੇ ਬਹਿ ਕੇ, ਬਹਿਜਾ ਤਖ਼ਤ 'ਤੇ ਆਰਾਮ ਨਾਲ, ਰਾਜਾ ਚੁਲੀ ਨਿਆਂ ਦੀ। ਕਹਿੰਦਾ ਤੂੰ ਨਿਆਂ ਹੀ ਕਰੀ ਬੈਠੀ, ਜਾਂ ਤੇਰਾ ਵਿੱਚ ਹੀ ਮੱਥਾ ਟਿਕ ਜਾਏਗਾ, ਲੋਕਾਂ ਦੇ ਮਨਾਂ ਨੂੰ ਠੰਡ ਪੈ ਜਾਏਗੀ, ਲੋਕਾਂ ਨੂੰ ਗਿਆਨ ਮਿਲੇਗਾ, ਲੋਕਾਂ ਦੇ ਹੱਕ ਮਿਲ ਜਾਣਗੇ, ਅਤੇ ਤੈਨੂੰ ਸ਼ੀਰਵਾਦਾ ਰੱਬ ਉੱਤੋਂ ਹੀ ਦਿੱਤੀ ਜਾਏਗੀ। ਅਤੇ ਇਸ ਕਰਕੇ ਇਹ ਜਿਹੜੀ ਚੀਜ਼, ਫਿਰ ਅੱਗੇ ਆ ਗਿਆ ਔਰ ਕਹਿੰਦਾ ਸਾਚ ਸੀਲ ਚੱਲੋ ਸੁਲਤਾਨ। ਰਾਜੇ ਨੂੰ ਆਉਂਦੇ ਨੇ ਕਿ ਸੱਚ ਮਨ 'ਚ ਰੱਖ ਅਤੇ ਦਇਆ ਮਨ 'ਚ ਰੱਖ, ਕਹਿੰਦਾ ਤੇਰਾ ਮੱਥਾ 24 ਘੰਟੇ ਟਿਕੀ ਜਾਏਗਾ, ਤੇਰੇ ਦੇ ਲੋਕ ਹੀ ਖੁਸ਼ ਹੋਣਗੇ। ਜਦੋਂ ਕਿਸੇ ਦਾ ਮਨ ਖੁਸ਼ ਹੋਵੇਗਾ, ਰੱਬ ਤੈਨੂੰ ਆਸ਼ੀਰਵਾਦਾਂ ਦੇਵੇਗਾ, ਅਤੇ ਜਦੋਂ ਦਿਲ ਦਿਖਾਉਣਾ ਹੈ, ਕਰਪਸ਼ਨ ਕਰਨਾ ਹੈ, ਅਤੇ ਕਦੀ ਮੰਦਰ 'ਚ ਜਾ ਵੜਿਆ, ਕਦੀ ਗੁਰਦੁਆਰੇ ਜਾ ਵੜਿਆ, ਕਦੀ ਮਸੀਤ 'ਚ ਜਾ ਵੜਿਆ, ਅਤੇ ਤੇਰੀ ਗੱਲ ਕਿਹੜਾ ਮੰਨੇਗਾ? ਉਹ ਕੋਈ ਕਰਪਸ਼ਨ ਨੂੰ ਪਨਾਹ ਥੋੜ੍ਹੀ ਦੇਵੇਗਾ ਰੱਬ। ਇਹ ਤਾਂ ਵੱਡੇ ਵੱਡੇ ਜੰਗ ਹੋ ਗਏ ਇਹਨਾਂ ਚੀਜ਼ਾਂ ਤੋਂ, ਧਰਮ ਤੋਂ, ਜ਼ੁਲਮ ਦੇ ਬਰਖਿਲਾਫ਼। ਹੁਣ ਰਾਮ ਚੰਦਰ ਨੇ ਕਿੰਨਾ ਸੰਘਰਸ਼ ਕੀਤਾ ਵੇਖਿਆ ਜਾਏ ਤਾਂ, 14 ਸਾਲ ਸੰਘਰਸ਼ ਹੀ ਕਰਦਾ ਰਿਹਾ ਵਿਚਾਰਾ, ਕਿ ਹਵਨ ਬੰਦ ਕਰਾਉਣ ਨੂੰ ਬਹਿ ਗਏ, ਰਿਸ਼ੀਆਂ ਨੂੰ ਕਤਲ ਕਰਨ ਨੂੰ ਬਹਿ ਗਏ, ਫਿਰ ਵੇਖੋ ਕਿੰਨਾ ਸੰਘਰਸ਼ ਕੀਤਾ 14 ਸਾਲ ਪੈਰਾਂ ਤੋਂ ਨੰਗਾ, ਰਾਸ਼ਕ ਬੁੱਧੀ ਦਾ ਨਾਸ਼ ਕੀਤਾ ਉਸ ਟਾਈਮ 'ਤੇ। ਸਾਡੇ ਹਵਨਾਂ ਨੂੰ ਆਜ਼ਾਦੀ ਮਿਲੀ, ਸਾਡੇ ਮੰਤਰਾਂ ਨੂੰ ਆਜ਼ਾਦੀ ਮਿਲੀ, ਅਤੇ ਲੋਕਾਂ ਨੂੰ ਸੁੱਖ ਅਤੇ ਆਰਾਮ ਬਣਿਆ। ਕਿਉਂ? ਇਹਨੂੰ ਆਉਂਦੇ ਨੇ ਜ਼ੁਲਮ ਦਾ ਯੁੱਧ, ਲੋਕ ਠੰਡੇ ਹੋ ਗਏ। ਹੁਣ ਦੁਸਹਿਰਾ ਤੁਸੀਂ ਮਨਾਇਆ, 9 ਦਿਨ ਪਾਠ ਕੀਤਾ, ਇਹਦੇ ਮਗਰ ਬੈਕਗਰਾਊਂਡ ਕੀ ਹੈ? ਦੇਵਤਿਆਂ ਨੂੰ ਭਜਾਤਾ, ਇੰਦਰ ਵੀ ਭਜਾਤਾ, ਫਿਰ ਮਾਤਾ ਆ ਗਈ। ਮਾਤਾ ਕੀ ਲੈਣਾ ਜੀ? ਉਸ ਵੇਲੇ ਜ਼ੁਲਮ ਨੂੰ ਸਜ਼ਾ ਦੇਣ ਅਤੇ ਧਰਮ ਨੂੰ ਵਿਜੇ ਕਰ। ਹੁਣ ਕ੍ਰਿਸ਼ਨ ਮਹਾਰਾਜ ਵਾਰ ਵਾਰ ਇੱਕ ਚੀਜ਼ 'ਤੇ ਖੜ੍ਹੇ ਹੋ ਜਾਂਦੇ, ਅਰਜਨ ਛੱਤਰੀ ਧਰਮ ਦੀ ਪਾਲਣਾ ਕਰ। ਛੱਤਰੀ ਧਰਮ ਕੀ ਹੈ? ਨਿਆਂ ਕਰ, ਧਰਮ ਦੀ ਸਾਈਟ ਲੈ, ਜ਼ੁਲਮ ਨੂੰ ਖਤਮ ਕਰ। ਉਹ ਵਾਰ ਵਾਰ ਇੱਕੋ ਹੀ ਗੱਲ ਕਹੀ ਜਾਂਦੇ ਨੇ, ਗੁਰੂ ਗੋਬਿੰਦ ਸਿੰਘ ਇੱਕੋ ਹੀ ਗੱਲ ਕਹੀ ਜਾਂਦੇ ਨੇ 24 ਘੰਟੇ, ਆਉਂਦੇ ਨੇ ਜ਼ੁਲਮ ਨੂੰ ਨਾਸ ਕਰੋ ਅਤੇ ਧਰਮ ਦੀ ਵਿਜੇ ਕਰੋ। ਉੱਥੇ ਕਿਤੇ ਇੱਕ ਗੱਲ ਨਹੀਂ ਕਹੀ ਕਿ ਸਪੈਸ਼ਲ ਸਿੱਖਾਂ ਦੀ ਮਦਦ ਕਰੋ। ਸਿੱਖ ਕੀ ਹੁੰਦਾ? ਕਹਿੰਦਾ ਮਾਨਸ ਕੀ ਜਾਤ ਸਭ ਇੱਕੋ ਹੀ ਪਛਾਣ। ਫਿਰ ਇੱਕ ਇੱਕ ਜਿਹੜੀ ਉਹਨਾਂ ਦੀ ਸਿੱਖਿਆ ਸੀ,
हर मजहब की हर कौम की हर जात की बीबी सेफ हो गई। हर कौम ते जात ते मजहब का बंदा सेफ हो गया। क्यों? गुरु गोबिंद सिंह की ट्रेनिंग वाला बंदा कभी जात का नाँ नहीं लाएगा, कभी ऊंच नीच का नाँ नहीं लाएगा, कभी किसी सुते पैदे अटैक नहीं करेगा, किसी ने मगरों शूट करके नहीं मारेगा। क्यों? उनके धर्म तो उल्ट चीज़ है। फिर हर बंदे ने गुनाहगार नहीं ठहराएगा, पहले उनके सामने गल करे सुना भी तू आ गलती करना। ये सारिया चीज़ा धर्म तो उल्ट ने। हुण उन्हें अतवादी कह दो, मनमत कह रहे हो, गरेलावार कह दो, उन्हें कुछ भी कह दो पर पुठे काम। पर सारे पैगंबर ने इन्हों की अकल दी, ज्ञान दिता, तो ये चीज़ को बड़ा प्रचलित किया दुनिया के। हम कि वा दिन मनाया जाता दशहरे का, पर चीज़ उन्हें जिको नाश किया राशक बुद्धि का, सफर करता रहा। हो सकता है ऋषि एक महीने रहा उदो साढ़े लोगों तर्क करने का टाइम मिलता है। हूँ साढ़े दस बंदे इकट्ठे हो जाते हैं जी, रोया राम निकाला पिया कि प्यार काला पिया, उन्हें तो इन्ने तीर कमान फड़े तो तीर छड़े जुल्म का नाश ही करके रख दिता। वो गुरो के मंजी से थोड़ा बह गया से। क्यों? एक शरारतन है। ठीक है, जो मूर्छा आया रामचंद्र महाराज कृष्ण अर्जन जदों लक्ष्मण की मूर्छा आई तो वो पत्थर का मानता है नहीं सी, वराग आया, वराग का प्यार आया, अखी जो पानी आता ही आता वो तो वैसे भी तुसी खुशी नाल भी किसी वराग आ जाता है। किसी तुहाडा बच्चा कोई खराब काम करे जां तुसी आंदे जो मैं तेरे को भालदे नहीं सा, वो भी वराग आ जाता। अज साडियां कौमां च साडियां जातां च छालिया जांदा हर वेले, हुण आम पढ़िया जांदा है। फिर उत्थे गुरु गोबिंद सिंह नूं मिलाया जांदा नाल, बाबा गुरु गोबिंद सिंह दी रेस असां थोड़ी लाउणी है। ठीक है, वराग आया उहनूं, भरा नूं वेख के बड़ा प्यार सी दो भरावां दा, कुछ हक है नहीं। सीता दा मैनूं वराग जरूर आया, क्यों नहीं आया गा, पत्थर थोड़ा सी बंदा सी इंसान सी, पर फिर यह नहीं कि बह गया, तीर फड़िया कमान फड़ी तो पूरे एक्शन किए, जे एडे वे एक्शन किए कि जल्द अज वेखे धरती हिल जाती, बहादुरी नाल तीर मारदा रहा, फिर सामने खलो के छाती से मारिया। ये लोग फील करवाना चाहते ने कि रामचंद्र बड़ा कमजोर सी रोग तो बह गया, पर रामचंद्र कमजोर नहीं सी, उनका इतिहास दसदा, उनके एक्शन दसते ने, उनके युद्ध दसते ने, हेठली उत्ते लै आती। इस करके हर पैगंबर की बैकग्राउंड वेखो, हर पैगंबर का जीवन वेखो, वो जुल्म दे कभी सहमत नहीं होया। हुण जिवें गुरु नानक साहब खड़े हुए सी, एक साडे मुल्क अनादि चीज चलती आ रही है, हिंदुआं दा जी मेरी मैनू गां हराम है, मैं नहीं गां दा मीट खांदा, मुसलमानां दा मैनू सूर हराम है। गुरु नानक साहब कहिंदे दोवें बैठो, आंदा मैं तुहानूं इक दसना गऊ की ते सूर की, आंदा हक बगाना नानका वो गऊ वो सूर, आंदा जदों तुसीं किसे दा हक मारदे जे तू सूर खाई जा रहे हैं ते गां खाई जा रहे, करप्शन करनी गां ते सूर दे बराबर। जिहड़ा बंदा करप्शन करदा है वो गां खा ही रहा, भावें वढ के गां नहीं खा रहा, वैसे ही गां खा रहा। तो जिहड़ा मुसलमान किसी दे करप्शन करदा है, किसी दा न्याय अन्याय कर दिंदा है, वह सूर खा ही रहा जिन्ना मर्जी आपदा परहेज करे। इन्हां चीज़ां दे उत्ते जोर दिओ, जिदने चीज़ां साढ़े दिमाग चो चलियां गईयां, स्वार्थ चला गया, क्रोध चला गया, तो धर्म नूं धर्म समझ के मनो, स्वार्थ ना करो। हुण एक अपना बच्चा है बड़ा प्यारा, कौन आण के कहे भाई इन्ने पैसे ले लै तो तेनों असी तुहानूं बच्चा दे दिओ, नहीं देगा बंदा। हुण किसी दी घरवाले उहनूं कहे तुहानूं पैसे लै के तो मेरे घर आ, उह नहीं देगा। तो धर्म नूं किवें वेचिया जांदा, गुरु नूं किवें वेचिया जांदा, गुरु तो साड़ी पाउंडर चीज़ है।